ਬਾਬਾ ਜੀ ਰਾਗ ਸੁਣ ਕੇ ਬਹੁਤ ਖੁਸ਼ ਹੁੰਦੇ ਸੀ, ਬਹੁਤ ਜ਼ੋਰ ਦਿੰਦੇ ਸੀ ਸਾਨੂੰ, ਆਹ ਰਾਗ ਸਿੱਖੋ, ਸਰਗਮਾ ਸਿੱਖੋ, ਤਰਾਨਾ ਸਿੱਖੋ। 12 ਸਾਲ ਦੀ ਉਮਰ ਸੀ ਮੇਰੀ, 11 ਤੇ 12 ਦੇ ਵਿੱਚ ਸਾਨੂੰ ਸਾਡੇ ਉਸਤਾਦ ਨੇ ਰਾਗ ਸਿਖਾਉਣੇ ਸ਼ੁਰੂ ਕੀਤੇ। ਹੁਣ ਸਾਰਿਆਂ ਨੂੰ ਇੱਕ ਰਾਗ ਸਿਖਾਇਆ ਜਾਂਦਾ ਸੀ, ਉਹ ਫਿਰ ਸਾਰੇ ਸ਼ਬਦ ਪੜ੍ਹਦੇ ਸੀ, ਉਹੀ ਸਰਗਮਾ ਉਹੀ ਤਰਾਨਾ। ਮੈਂ ਕਿਹਾ ਵੀ ਮੈਂ ਇਸ ਤੋਂ ਵੱਖਰਾ ਕਰਨਾ ਕੁਝ, ਬਾਬਾ ਜੀ ਦੀ ਖੁਸ਼ੀ ਆਵੇ ਬਹੁਤ। ਇੱਕ ਕਿਤਾਬ ਤਾਂ ਮੈਨੂੰ ਮਿਲ ਗਏ ਜਿਹੜੇ 2 ਭਾਗ ਸੀ ਰਾਗਾਂ ਦੇ ਲਿਖੇ ਹੋਏ, ਵੱਡੀਆਂ ਕਿਤਾਬਾਂ ਉਹਨਾਂ ਸੀ। ਰਾਗ ਸੋਹਣੀ 'ਚ ਬੜਾ ਪਿਆਰਾ ਸ਼ਬਦ ਸੀ, ਲੋੜੀਂਦੜਾ ਸਾਜਣ ਮੇਰਾ, ਉਹਨਾਂ ਦੇ ਵਿੱਚੋਂ ਮੈਂ ਉਹ ਫਿਰ ਸੁਰਾਂ ਲੈ ਕੇ ਸ਼ਬਦ ਲੈ ਕੇ ਉਹ ਸ਼ਬਦ ਕੱਢਿਆ, ਕਿਤਾਬ ਦੇ ਵਿੱਚੋਂ ਲੈ ਕੇ ਸ਼ਬਦ ਦੂਜਿਆਂ ਨਾਲੋਂ ਵੱਖਰਾ, ਲੜੀਂਦੜਾ ਸਾਜਣ ਮੇਰਾ ਲਾਇਓ ਸੋਹਣੀ ਰਾਗ। ਲੋੜੀਂਦੜਾ ਸਾਜਣ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀ, ਕਰ ਕਰ ਮੰਗਲ ਗਾਵੋ ਨੀ, ਕਾਟ ਕਾਟ ਤਿਸ ਹੈ ਬਸੇਰਾ। ਨਾ ਕਹੂੰ ਬੇਦਾ
ना कहूँ बेरा तो मैं कर लिया लाई चलो सुर लाई चलो सरगमा की लोड़ सी फिर एक मैनू हिंदी की किताब काफी बड़ी सरगमा वाली मिल गई उन फिर मैं सोहनी राग कढ़िया सोहनी राग दी सरगमा सरगमा भी बड़िया सी सोलह मात्रा होंगी अठ मात्रा होंगी सरगम वो बत्ती बत्ती चौंह चौंह मात्रा दिया सी साल आयो निशा घरे सनी समा रे सनी समाधन मंगरे सनी समाधनी मंगरे सनी समाधनी सनी gagare sada damanga mamanga ninida mata damanga sasanida ninida rere sani sasanida gagare sare sani sasanida ninida mata damanga mamanga re gagare sare sare ha बैठ जाना जब मैं राग दवान च गाया ना पूरी मेहनत करके बाबा जी जिथे खड़े सी खड़े ही रह गए एक एक सुर बाबा जी ने सारी सुनी सारा शब्द सुनिया कीर्तन च पढ़िया सी बाबा जी अंदर पर्दा चकन आए सी हुक्मनामा लेके बाबा जी कमरे च चले गए प्रशादा आंदा हुंदा सी प्रशादे नाल मक्खन आंदा हुंदा सी उन्ना को मक्खन ही आंदा सी किते किसे ना किसे नूं मिलदा सी बाबा जी ने आण के कमरे च वेख्या वी केड़ी चीज जिहड़ी अज नूं इनाम दी कमरे जी बैठ के दो बारी पुछया तीन बारी सुखी बड़ा कहते कमाल करती बड़ा सोहना राग पड़े इन सुरां भी बड़िया मिठिया ना लाओ सुरां सानी सानी रे गम ला नी सा रे सा नी रे सा सा गा गा मा मा दा दा नी सा दा नी रे गा मा गा रे सा सा नी दा मा गा रे बाबा जी दे अंदर गूंजन लग पिया राग कदी किसी नूं नाम नहीं मिलिया सी
ਰਾਗ ਤੇ ਚਲੋ ਕਹਿੰਦੇ ਬਾਬਾ ਜੀ ਬੜਾ ਵਧੀਆ ਸ਼ਬਦ ਪੜਿਆ, ਠੀਕ ਹੈ ਬੜਾ ਸੋਹਣਾ। ਬਾਬਾ ਜੀ ਕਮਰੇ 'ਚ ਬੈਠੇ, ਹੁਕਮਨਾਮਾ ਲੈ ਕੇ ਆਏ ਤੇ ਉਡੀਕਣ ਲੱਗੇ, ਮੈਨੂੰ ਪ੍ਰਸ਼ਾਦਾ ਛਕਣ ਲੱਗਿਆ। ਨਾਲ ਸਾਡਾ ਦੂਜਾ ਕਮਰਾ ਸੀ, ਇਹ ਕਮਰੇ 'ਚ ਅਸੀਂ ਸਾਰੇ ਸੀ ਅਤੇ ਐਡੀ ਕੋਈ 4 ਫੁੱਟ ਦੀ 2-2.5 ਫੁੱਟ ਦੀ ਮੇਰੀ ਬਾਰੀ ਸੀ ਜਿਹਦੇ 'ਚ ਸਮਾਨ ਰੱਖੀਦਾ ਸੀ। ਜਦੋਂ ਪਹਿਲਾਂ ਮੈਂ ਬਾਬਾ ਜੀ ਕੋਲ ਹਾਜ਼ਰ ਹੋਇਆ ਸੀ ਉਦੋਂ ਇੱਕ ਬਾਰੀ ਦੇ 3 ਫੱਟੀਆਂ ਲੱਗੀਆਂ ਸੀ। ਇੱਕ ਫੱਟੀ ਮੇਰੀ ਸੀ ਉੱਪਰਲੀ, ਦੂਜੀ ਫੱਟੀ ਦੂਜੇ ਬੇਗਮ ਦੀ ਸੀ, ਤੀਜੀ ਤੀਸਰੇ ਦੀ, ਸਮਾਨ ਰੱਖਣ ਨੂੰ। ਸੌਂਦੇ ਅਸੀਂ ਬਾਬਾ ਜੀ ਕੋਲ ਸੀ, ਪਹਿਲੋਂ ਫੱਟੀ ਮਿਲੀ ਇੱਕ, ਉਹ ਕਮਰਾ ਵੀ ਅਜੇ ਹੈਗਾ। ਫਿਰ ਦੂਜੇ ਕਮਰੇ 'ਚ ਮੈਨੂੰ ਇਕੱਲੇ ਨੂੰ ਬਾਰੀ ਮਿਲ ਗਈ, ਖੁਸ਼ ਹੋ ਗਏ ਵੀ ਇਕੱਲੇ ਨੂੰ ਬਾਰੀ ਮਿਲ ਗਈ, ਕੁੰਡਾ ਜਾਂਦਾ ਵੀ ਲੱਗਦਾ ਹੋ ਗਿਆ। ਅਤੇ ਮੈਂ ਆਇਆ ਸੀ, ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਹਿੰਦੇ ਤੇਰਾ ਬੜਾ ਸੋਹਣਾ ਰਾਗ ਸੀ। ਕੀ ਸੀ, ਕਿਹੜਾ ਰਾਗ ਸੀ? ਮੈਂ ਕਿਹਾ ਜੀ ਸੋਹਣੀ। ਕਹਿੰਦੇ ਸੋਹਣੀ ਲੈ, ਸੋਹਣੀ ਦਾ ਨਾਮ ਚੋੜੀ 'ਚ ਪਾ ਕੇ ਕਹਿੰਦੇ ਲੈ ਚੱਕ ਸੋਹਣੀ ਦਾ ਨਾਮ। ਗੱਲ ਕਿ ਭਗਤੀ ਕੀ ਹੈ, ਦਿਲ ਜਿਤਨਾ ਸੇਵਾ ਕਰ ਕਰਕੇ ਗੁਰੂਆਂ ਪੀਰਾਂ ਦਾ ਨਾਮ ਜਪ ਜਪ ਕੇ, ਵੱਧ ਤੋਂ ਵੱਧ ਬਾਬਾ ਸੁੰਦਰ ਦਾਸ ਜੀ ਕੋਲੋਂ ਅਸੀਂ 5-6 ਮੁੰਡੇ ਸੇਵਾ ਕਰਨ ਜਾਂਦੇ ਸੀ, ਸਾਰੇ ਸੇਵਾ ਕਰਨੇ। ਬਾਬਾ ਜੀ ਕਹਿੰਦੇ ਲਿਆਓ ਬੱਠਲਾਂ, ਬੱਠਲ ਲਿਆਉਣੇ, ਮੈਂ ਭੱਜ ਕੇ ਲਿਆਉਣਾ। ਸਾਰੇ ਉਹਨਾਂ ਨੇ ਕਹਿਣਾ ਇੱਟਾਂ ਲਿਆਓ, ਦੂਜਿਆਂ ਨੇ ਤੁਰ ਕੇ, ਤੇ ਮੈਂ ਭੱਜ ਭੱਜ ਕੇ ਲਿਆਉਣੀ। ਹੁਣ ਮਹਾਂਪੁਰਖ ਵੇਖਦੇ ਨੇ ਸੇਵਾ ਨੂੰ, ਇੱਕ ਤੁਰ ਤੁਰ ਕੇ ਕਰਦੇ, ਇੱਕ ਭੱਜ ਕੇ, ਇੱਕ ਇੱਕ ਆਵਾਜ਼ ਨਿਕਲੀ ਅਤੇ ਭੱਜ ਪੈਂਦੇ ਆ। ਐਸੇ ਗੁਰਮੁਖ ਹੁੰਦੇ ਆ ਵੀ ਕਹੋ ਆ ਫਲਾਣੀ ਚੀਜ਼ ਲਿਆ, ਉਹ ਦੂਜੇ ਨੂੰ ਕਹਿੰਦੇ ਆ ਲੈ ਕੇ ਆ। ਐਸੇ ਹੁੰਦੇ ਨੇ ਕਹੋ ਕਿਸੇ ਨੂੰ ਤੇ ਭੱਜ ਉਹ ਪੈਂਦੇ ਵੀ ਮੈਂ ਸੇਵਾ ਕਰਨਾ। ਸੇਵਾ ਵਿੱਚ ਹੀ ਬਾਬਰੇ ਹੋ ਜਾਣਾ, ਸੇਵਾ ਵਿੱਚ ਹੀ ਪਾਗਲ ਹੋ ਜਾਣਾ। ਸੇਵਾ ਦੇ ਵਿੱਚ ਆਏ ਭਾਈ ਨੰਦ ਲਾਲ ਜੀ, ਬੜੇ ਆਲਮ ਫਾਜ਼ਿਲ ਸੀ। ਇਹਨਾਂ ਨੂੰ ਰੰਗ ਬੜਾ ਚੜ ਗਿਆ, ਲਿਖਾਰੀ ਬੜੇ ਤਗੜੇ ਸੀ, ਪਰ ਸ਼ੌਂਕ ਜਾਗ ਗਿਆ ਵੀ ਸੇਵਾ ਮੇਰੇ ਨਾਲ ਸੇਵਾ ਕਰਨ ਵਾਲੇ ਵੱਡੇ ਆ। ਮੈਂ ਵੀ ਸੇਵਾ ਕਰਾਂ ਗੁਰਸਿੱਖਾਂ ਵਾਂਗ। ਆਨੰਦ ਲਾਲ ਨੇ ਸੇਵਾ ਵਿੱਚ ਹੀ ਕਮਲਾ ਹੋ ਗਿਆ, ਇੰਨੀ ਸੇਵਾ ਕੀਤੀ। ਫਿਰ ਉਹਨਾਂ ਨੇ ਸੋਹਣੀ ਜੀ ਪੜਿਓ, ਸਿਰ ਪੈਰਾਂ ਦੀ ਖਬਰ ਨਾ ਕੋਈ, ਵਿੱਚ ਮੁਹੱਬਤ ਤੇਰੀ। ਸਿਰ ਪੈਰਾਂ ਦੀ ਖਬਰ ਨਾ ਵਿੱਚ ਮੁਹੱਬਤ ਤੇਰੀ ਕੀ ਆਖਾਂ ਕੀ ਆਖ ਸੁਣਾ ਮਹੋਸ਼ ਗੋਵਾਈ ਹੀ ਮੇਰੀ। ਸਿਰ ਪੈਰਾਂ ਦੀ ਖਬਰ ਹੀ ਖਤਮ ਹੋ ਗਈ। ਬਾਬਾ ਜੀ ਨੇ ਸੇਵਾ ਲਈਆਂ, ਪਿਆਰ ਭਰ ਕੇ ਲਈਆਂ।
ਜਿੰਨੀਆਂ ਵੀ ਸੇਵਾ ਲਈਆਂ ਪਿਆਰ ਭਰ ਕੇ ਸਤਪਤਨ ਨਹੀਂ ਰਹੀ ਸਰੀਰ ਦੀ ਉਹਨਾਂ ਦੇ ਪਿਆਰ ਦੀਆਂ ਸੇਵਾ ਮਨ ਨੂੰ ਸਵਾਦ ਆਵੇ ਤੇ ਸੇਵਾ ਦਾ ਸਵਾਦ ਆਵੇ ਸਵਾਦ ਬੱਧਾ ਰੁੱਧਾ ਨਾ ਕਰੇ ਤੇ ਜੇ ਉਹ ਦੇਣਗੇ ਬਖਸ਼ਣਗੇ ਤਾਂ ਹੀ ਆਏਗਾ ਜੇ ਫਿੱਕੇ ਹੀ ਰੱਖਣਗੇ ਫਿਰ ਸਵਾਦ ਕਿਵੇਂ ਆਏਗਾ